ਇਸ ਵੇਲੇ ਮੈਂ ਬਿਲਕੁਲ ਖੜ੍ਹਾ ਜੀ ਗੁਰਦੁਆਰਾ ਨਾਨਕਸਰ ਵੇਰਕਾ, ਜੋ ਕਿ ਵੇਰਕੇ ਦੇ ਵਿੱਚ ਹੈਗਾ ਆ, ਇਤਿਹਾਸਿਕ ਗੁਰਦੁਆਰਾ ਆ, ਅੰਮ੍ਰਿਤਸਰ ਜ਼ਿਲ੍ਹੇ ਨਾਲ ਬਿਲੋਂਗ ਕਰਦਾ ਆ, ਜੀ ਟੀ ਰੋਡ ਬਟਾਲਾ ਜਿਹਨੂੰ ਕਹਿੰਦੇ ਆ, ਇਹ ਬਿਲਕੁਲ ਰੋਡ ਦੇ ਉੱਪਰ ਇਹ ਗੁਰਦੁਆਰਾ ਸਥਿਤ ਆ। ਤੁਸੀਂ ਵੇਖ ਰਹੇ ਜੇ ਕਿ ਜੋ ਮੇਰੇ ਖੱਬੇ ਹੱਥ ਆ ਉਹ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ, ਮੇਨ ਦਰਵਾਜ਼ਾ ਦਿਸ ਰਿਹਾ ਆ, ਔਰ ਜੋ ਮੇਰੇ ਸੱਜੇ ਪਾਸੇ ਵੇਖ ਰਹੇ ਜੇ ਤੁਸੀਂ ਕਿ ਜਿੰਨੀਆਂ ਵੀ ਦੁਕਾਨਾਂ ਇਸ ਕੰਧੇ ਨਾਲ ਲੱਗੀਆਂ ਹੋਈਆਂ ਆ ਉਹ ਵੀ ਤੁਸੀਂ ਵੇਖ ਰਹੇ ਜੇ। ਇੱਥੋਂ ਦਾ ਇਹ ਮਸਲਾ, ਵੈਸੇ ਤਾਂ ਪੰਜਾਬ ਦੇ ਵਿੱਚ ਦਿਨ ਬ ਦਿਨ ਮਸਲੇ ਵੱਧਦੇ ਜਾ ਰਹੇ ਔਰ ਮੁੱਦੇ ਨਵੇਂ ਤੋਂ ਨਵਾਂ ਮੁੱਦਾ ਬਣਦਾ ਜਾ ਰਿਹਾ, ਪਰ ਇੱਥੇ ਵੀ ਇਹ ਮੁੱਦਾ ਦਿਨ ਬ ਦਿਨ ਨਵਾਂ ਖੜ੍ਹਾ ਹੁੰਦਾ ਜਾ ਰਿਹਾ, ਔਰ ਇਹ ਇੱਕ ਹੋ ਸਕਦਾ ਕੱਲ੍ਹ ਨੂੰ ਹੋਰ ਵੱਡਾ ਰੂਪ ਧਾਰ ਕਰ ਜਾਵੇ। ਔਰ ਤੁਸੀਂ ਵੇਖਿਆ ਕਿ ਜੋ ਇਹ ਦੁਕਾਨਾਂ ਆ ਇੱਥੇ, ਮੋਸਟਲੀ ਇਹ ਦੁਕਾਨਾਂ ਦੇ ਕਰਕੇ ਇੱਥੇ ਟ੍ਰੈਫਿਕ ਬਹੁਤ ਜਾਮ ਰਹਿੰਦੀ ਆ। ਸੋ ਕਾਫੀ ਕੁਛ ਲੋਕਾਂ ਨੇ ਇਹ ਵੀ ਕਿਹਾ ਆ ਕਿ ਇੱਥੋਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਹੋਰ ਕਿਤੇ ਜਗ੍ਹਾ ਦੇ ਦਿਓ। ਕੁਛ ਲੋਕਾਂ ਨੇ ਕਿਹਾ ਇਹ ਗਰੀਬ ਬੰਦੇ ਰੋਟੀ ਖਾਂਦੇ ਆ ਅਤੇ ਉਹਨਾਂ ਦਾ ਰੋਟੀ ਦਾ ਮਸਲਾ ਵੀ ਹੱਲ ਹੋਣਾ ਚਾਹੀਦਾ ਆ। ਸੋ ਇਸ ਕਰਕੇ ਜੇ ਆਪਾਂ ਪਹਿਲਾਂ ਗੱਲ ਕੀਤੀ ਆ, ਇਹ 20 ਨੰਬਰ ਵਾਰਡ ਪੈਂਦੀ ਹੈ ਜੀ, 20 ਨੰਬਰ ਵਾਰਡ ਦੇ ਵਿੱਚ ਪੈਂਦਾ ਆ ਇੱਥੇ, ਜੋ ਇੱਥੋਂ ਦੇ ਕੌਂਸਲਰ ਆ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਇਹ ਕਿਹਾ ਆ ਕਿ ਜੋ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਜਮ੍ਹਾਂ ਹੁੰਦੀ ਆ। ਤੋ ਜੋ 20 ਨੰਬਰ ਕੌਂਸਲਰ ਨੇ ਇੱਥੋਂ ਦੇ ਹੈਗੇ ਵਾਰਡ ਦੇ, ਉਹਨਾਂ ਨੇ ਇਹੀ ਕਿਹਾ ਆ ਕਿ ਜੇ ਚਲੋ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਅਤੇ ਇਹਨਾਂ ਨਾਲ ਪ੍ਰਬੰਧ ਮੈਂ ਕਿਤੇ ਹੋਰ ਕਰ ਦਿੰਦਾ ਹਾਂ। ਸੋ ਇਹਨਾਂ ਨੂੰ ਪ੍ਰਬੰਧ ਉਹਨਾਂ ਨੇ ਕਿਹਾ ਹੈ ਕਿ ਉਹ ਜੇ ਮੈਂ ਜਗ੍ਹਾ ਦੇ ਦੇਣਾ ਉਹਨਾਂ ਨੂੰ ਛੱਤ ਜਿੱਥੇ ਹੇਠਾਂ, ਜਿੱਥੇ ਜੋ ਆਪਣਾ ਫਲਾਈਓਵਰ ਬਣਿਆ ਹੈਗਾ, ਫਲਾਈਓਵਰ ਦੇ ਥੱਲੇ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਊਗੀ ਔਰ ਇੱਥੋਂ ਥਾਂ ਖਾਲੀ ਕਰਾ ਕੇ ਇਹ ਜਿਹੜਾ ਟ੍ਰੈਫਿਕ ਦਾ ਜਿਹੜਾ ਕੰਮ ਹੈ ਉਹ ਬਿਲਕੁਲ ਸਾਫ਼ ਹੋ ਜਾਊਗਾ। ਤਾਂ ਕੁਛ ਲੋਕਾਂ ਨੇ ਇਹ ਵੀ ਕਿਹਾ ਕਿ ਗਰੀਬ ਬੰਦੇ ਕਿੱਧਰ ਜਾਣਗੇ, ਇਹਨਾਂ ਦਾ ਰੋਟੀ ਦਾ ਵੀ ਮਸਲਾ ਹੈਗਾ ਆ। ਸੋ ਪਰ ਇਸ ਚੀਜ਼ ਨੂੰ, ਇਹ ਮਸਲੇ ਨੂੰ ਥੋੜ੍ਹੀ ਜਿਹੀ ਸਿਆਸੀ ਰੰਗਤ ਮਿਲਦੀ ਜਾ ਰਹੀ ਆ ਕੁਛ, ਕਿਉਂਕਿ ਇੱਥੇ ਜੋ ਦੋਵੇਂ ਹੈਗੇ ਆ ਵਾਰਡ ਦੇ ਜੋ ਕੌਂਸਲਰ ਨੇ ਉਹ ਦੋਵੇਂ ਹੀ ਕਾਂਗਰਸ ਨਾਲ ਸੰਬੰਧ ਰੱਖਦੇ ਆ, ਪਰ ਇੱਥੇ ਜੋ ਅਕਾਲੀ ਧੜਾ ਹੈਗਾ ਆ ਉਹਦੇ ਵਿੱਚੋਂ ਵੀ ਇੱਕ ਬੀਬੀ ਸਪੋਰਟ ਕਰ ਰਹੀ ਆ ਕਿ ਉਹ ਇਹਨਾਂ ਦੀਆਂ ਦੁਕਾਨਾਂ ਇੱਥੇ ਹੀ ਰਹਿਣੀਆਂ ਚਾਹੀਦੀਆਂ ਆ ਕਿਉਂਕਿ ਉਹ ਇਹਨਾਂ ਦੀ ਰੋਟੀ ਦਾ ਮਸਲਾ ਆ। ਤਾਂ ਜੇ ਰੋਟੀ ਦੇ ਮਸਲੇ ਕਰਕੇ ਦੂਜੇ ਕੌਂਸਲਰ ਨੂੰ ਪੁੱਛਿਆ ਗਿਆ 20 ਨੰਬਰ ਵਾਰਡ ਦੇ, ਤਾਂ ਉਹਨਾਂ ਨੇ ਇਹੀ ਕਿਹਾ ਆ ਕਿ ਨਹੀਂ, ਇਹਨਾਂ ਦਾ ਪ੍ਰਬੰਧ ਕਰ ਦਿੱਤਾ ਜਾਊਗਾ, ਇਹਨਾਂ ਨੂੰ ਛੱਤ ਦੇ ਹੇਠਾਂ ਜੋ ਉੱਥੇ ਫਲਾਈਓਵਰ ਆ ਉਹਦੇ ਥੱਲੇ ਸਾਰਾ ਪ੍ਰਬੰਧ ਕਰ ਦਿੱਤਾ ਜਾਂਦਾ ਆ। ਸੋ ਆਪਾਂ ਵੇਖਦੇ ਹਾਂ ਜਾ ਕੇ ਕਿ ਇਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹਾਂ ਕੀ ਹੁੰਦਾ ਆ, ਇਹਨਾਂ ਨਾਲ ਗੱਲਬਾਤ ਕਰਕੇ ਵੇਖਦੇ ਹਾਂ ਕਿ ਉਹ ਕੁਛ ਪੇ ਕਰਦੇ ਆ ਇੱਥੋਂ ਦੀ ਕਾਰਪੋਰੇਸ਼ਨ ਨੂੰ ਜਾਂ ਕੀ ਹੈ, ਉਹਨਾਂ ਨਾਲ ਉਹ ਗੱਲਬਾਤ ਕਰਕੇ ਵੇਖਦੇ ਹਾਂ। ਇਹ ਤੁਸੀਂ ਇੱਥੇ ਰੇਹੜੀ ਕਦੋਂ ਦੀ ਲਾਉਂਦੇ ਜੀ? ਵੇਖੋ ਜੀ, ਕਿਆਸੀ ਤੋਂ ਮੈਂ ਰੇਹੜੀ ਲਾਉਣ ਡਿਆ ਇੱਥੇ ਜੀ। ਕਿੱਥੇ ਲਾਉਂਦੇ ਤੁਸੀਂ? ਇੱਥੇ ਰੇਹੜੀ ਜਿੱਥੇ ਹੁਣ ਲੱਗੀ ਆ, ਇੱਥੇ ਪਹਿਲਾਂ ਨਿੱਕੀ ਸੜਕ ਹੁੰਦੀ ਸੀ। ਅੱਛਾ, ਹੁਣ 4 ਸੜਕਾਂ ਬਣ ਗਈਆਂ ਜੀ। ਜੀ ਠੀਕ ਆ। ਹੁਣ ਸਾਨੂੰ ਪ੍ਰੋਬਲਮ ਇਹ ਆ ਅਤੇ ਜਿਹੜੇ ਗੁਰਦੁਆਰੇ ਦੇ ਜਿਹੜਾ ਭਾਰ ਕੌਂਸਲ ਆ ਜੀ, ਉਹ ਸਾਨੂੰ ਕਹਿੰਦਾ ਵੀ ਤੁਹਾਡੇ ਚੁੱਕੋ। ਠੀਕ ਆ, ਆਪਾਂ ਚੁੱਕਦੇ ਨਹੀਂ, ਅਸੀਂ ਕਹਿੰਦੇ ਸਾਡਾ ਗਾਹਕ ਇੱਥੇ ਚੱਲਿਆ ਵਾ, ਉਹ ਕਹਿੰਦਾ ਪੁਲ ਥੱਲੇ ਲੈ ਜਾਓ। ਪੁਲ ਥੱਲੇ ਕਿੱਧਰ ਲੈ ਜਾਈਏ ਮਹਾਰਾਜ? ਇੱਥੇ ਵੇਖੋ ਛੜ ਗੁਰਦੁਆਰੇ ਦੀ ਆਉਂਦਾ ਵਾ, ਸੰਗਤ ਆਉਂਦੀ ਆ, ਇਹ ਕਰਕੇ ਗਾਹਕ ਆਉਂਦਾ ਸਾਨੂੰ। ਮੰਨਦੇ ਕਿ ਇਹਦੇ ਟ੍ਰੈਫਿਕ ਨਹੀਂ ਰੁਕਦੀ? ਹਾਂਜੀ, ਇਹਦਾ ਟ੍ਰੈਫਿਕ ਨਹੀਂ ਰੁਕਦੀ? ਨਹੀਂ, ਇੱਥੇ ਕੋਈ ਨਹੀਂ ਰੁਕਦੀ ਮਹਾਰਾਜ, ਨਹੀਂ ਰੁਕਦੀ ਕੋਈ ਇੱਥੇ, ਮਤਲਬ ਬੱਸਾਂ ਵਗੈਰਾ ਨਹੀਂ, ਜਾਮ ਨਹੀਂ ਲੱਗਦਾ? ਕੋਈ ਜਾਮ ਨਹੀਂ ਲੱਗਦਾ ਮਹਾਰਾਜ, ਜਾਮ ਨਹੀਂ ਲੱਗਦਾ। ਹਾਂਜੀ, ਕਦੋਂ ਦੁਕਾਨ ਕਰਦੇ ਇੱਥੇ? ਭਾਅ ਜੀ ਮੈਂ ਜਦੋਂ 11 ਸਾਲ ਦਾ ਹਨਾ, ਉਹ ਤੋਂ ਕੰਮ ਕਰਨ ਡਿਆ ਵਾਂ, ਇਹੀ ਕੰਮ ਦਾ, ਇਹੀ ਜਗ੍ਹਾ ਦੇ। ਕੋਈ ਆ ਗਿਆ ਝਾੜੂ ਮਾਰਨ ਵਾਲੇ ਹੋ ਗਏ, ਚਾਹ ਪਾਣੀ ਵਾਸਤੇ ਹੋਈ, ਹੋਰ ਕੋਈ, ਹੋਰ ਕੋਈ ਕੁਛ ਨਹੀਂ ਭਾਈ, ਨਹੀਂ ਕੋਈ ਪਿਆ ਨਹੀਂ। ਇੱਥੇ ਕੀ ਆ ਵਾਦ ਵਿਵਾਦ ਬਣਿਆ ਜਿਹੜਾ ਆ, ਇੱਥੇ ਟ੍ਰੈਫਿਕ ਜਾਮ ਹੁੰਦੀ ਆ ਕਿ ਨਹੀਂ? ਸਾਡੇ ਇੱਥੇ ਕੋਈ ਟ੍ਰੈਫਿਕ ਜਾਮ ਨਹੀਂ ਹੁੰਦੀ, ਸਿਰਫ ਥੋੜ੍ਹਾ ਜਿਹਾ ਹੈਗਾ ਸੀ ਪਹਿਲਾਂ, ਇੱਥੇ ਰੇੜੇ ਖੜ੍ਹੇ ਹੁੰਦੇ ਸੀ, ਅਸੀਂ ਕਿਸੇ ਨੂੰ ਖਲੋਣ ਨਹੀਂ ਦਿੰਦੇ ਇੱਥੇ, ਅਸੀਂ ਸਿਰਫ ਗੁਰਦੁਆਰਾ ਸਾਹਿਬ ਦੀ ਦੀਵਾਰ ਦੇ ਨਾਲ ਬੈਠੇ ਹਾਂ, ਅਤੇ ਸਾਨੂੰ ਇਹ ਜ਼ਿਆਦਾ ਪਰੇਸ਼ਾਨ ਕਰਨ ਡੇ, ਸਾਨੂੰ ਕਹਿੰਦੇ ਤੁਸੀਂ ਪੁਲ ਥੱਲੇ ਚਲ ਜਾਓ,
ਜਿੱਥੇ ਸਾਡਾ ਗੁਰਦੁਆਰੇ ਦਾ ਕਰਕੇ ਇੱਥੇ ਰੋਟੀ ਪਾਣੀ ਚੱਲਦਾ ਆ ਜੀ। ਸਾਡੇ ਉੱਥੇ ਕਿਸੇ ਨੇ ਉੱਥੇ ਐਡੀ ਦੂਰ ਜਾਣਾ ਨਹੀਂ ਆ, ਸਾਡਾ ਉੱਥੇ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਜੀ। ਅਸੀਂ ਇਹੋ ਹੀ ਉਹਨਾਂ ਨੂੰ ਚਾਹੁੰਦੇ ਹਾਂ ਕਿ ਜਿਤਨਾ ਸਾਡੇ ਨਾਲ ਤੁਸੀਂ ਸਹਿਮਤ ਜੋ, ਜੇ ਤੁਸੀਂ ਸਾਨੂੰ ਤਰਪਾਲਾਂ ਕਹਿੰਦੇ ਜੋ ਅਸੀਂ ਤਰਪਾਲਾਂ ਛੋਟੀਆਂ ਕਰ ਲਵਾਂਗੇ, ਜੇ ਤੁਸੀਂ ਸਾਨੂੰ ਹੋਰ ਆਉਂਦੇ ਜੋ ਕਿ ਪਿੱਛੇ ਹੋ ਜਾਓ, ਅਸੀਂ ਹੋਰ ਇੱਕ ਫੁੱਟ ਅਸੀਂ ਪਿੱਛੇ ਹੋ ਗਏ ਅਤੇ ਅਸੀਂ ਇਹ ਆਪਣਾ ਰੋਟੀ ਪਾਣੀ ਦਾ ਜੁਗਾੜ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਕਾਰਪੋਰੇਸ਼ਨ ਦੀ ਜਗ੍ਹਾ ਆ, ਤੁਹਾਨੂੰ ਕੋਈ ਕੌਂਸਲਰ ਨੇ ਕੋਈ ਇਨਸਾਫ ਦਿੱਤਾ? ਨਹੀਂ, ਸਾਨੂੰ ਨਾ ਕੌਂਸਲਰ ਨੇ ਇਨਸਾਫ ਦਿੱਤਾ ਹੈ ਅਤੇ ਨਾ ਸਾਨੂੰ ਕਿਸੇ ਪਿੰਡ ਵਾਲੇ ਨੇ ਦਿੱਤਾ ਆ। ਓਕੇ, ਨਾ ਕੋਈ ਪਿੰਡ ਵਾਲਾ ਸਾਡੀ ਬਾਂਹ ਫੜਦਾ ਪਿਆ, ਨਾ ਕੌਂਸਲਰ ਕਰਦਾ ਪਿਆ। ਪ੍ਰਸ਼ਾਸਨ ਨੂੰ ਕਹੋਗੇ ਕੀ ਕਹੋਗੇ ਤੁਸੀਂ? ਅਸੀਂ ਪ੍ਰਸ਼ਾਸਨ ਨੂੰ ਇਹੋ ਕਹਾਂਗੇ ਕਿ ਜੇ ਸਾਨੂੰ ਅੱਡਾ ਕੋਈ ਦੇਣਾ ਹੈ ਤਾਂ ਕੋਈ ਚੰਗੀ ਜਿਹੀ ਜਗ੍ਹਾ 'ਤੇ ਦਿਓ ਜਿੱਥੇ ਸਾਡਾ ਰੋਟੀ ਪਾਣੀ ਚੱਲ ਸਕੇ, ਅਸੀਂ ਬਾਲ ਬੱਚਿਆਂ ਨੂੰ ਰੋਟੀ ਖਵਾ ਸਕੀਏ। ਸਾਡੀ ਬੇਨਤੀ ਇਹੋ ਹੀ ਆ ਕਿ ਜਿਤਨਾ ਇੱਥੇ ਇੰਨੇ ਸਾਲ ਹੋ ਗਏ ਸਾਨੂੰ, ਘੱਟ ਤੋਂ ਘੱਟ 25-30 ਸਾਲ ਹੋ ਗਏ ਇੱਥੇ ਸਾਨੂੰ ਰੋਟੀ ਪਾਣੀ ਚੱਲਦੇ ਨੂੰ, ਅਤੇ ਇਹ ਜਦੋਂ ਦਾ ਸਾਡਾ ਇਹ ਕੌਂਸਲਰ ਬਣਿਆ ਆ ਇਹ ਸਾਡੀ ਤੀਜੀ ਵਾਰੀ ਇੱਥੇ ਆ ਗਿਆ ਆ ਕਿ ਸਾਨੂੰ ਇਹ ਕਹਿਣ ਡਿਆ ਕਿ ਤੁਸੀਂ ਅੱਡੇ ਚੁੱਕ ਲਓ, ਅੱਡੇ ਚੁੱਕ ਲਓ, ਮੈਂ ਗੁਰਦੁਆਰੇ ਦਾ ਉਹ ਕਰਨਾ ਜੇ ਕਰਨਾ, ਪਹਿਲਾਂ ਇੱਥੇ ਆ। ਕੌਂਸਲ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਕਰਕੇ ਤੁਸੀਂ ਇੱਥੋਂ ਚੁੱਕ ਲਓ ਚੁੱਕ ਲਓ, ਅਤੇ ਪਹਿਲਾਂ ਇੱਕ ਵਾਰੀ ਆਇਆ ਸੀ ਇੱਥੇ ਆ, ਟੋਏ ਪੁੱਟ ਕੇ ਚਲੇ ਗਿਆ ਅਤੇ ਇੱਥੇ ਮੈਂ ਬੂਟੇ ਲਾਉਣੇ ਆ। ਇਹਦੀ ਇੱਧਰਲੀ ਵਾਰਡਿੰਗ ਹੈਗੀ, ਵਾਰਡ ਇਹਦੀ ਦੂਜੀ ਪੈਂਦੀ ਹੈ, ਇਹ ਜਿਹੜੀ ਵਾਰਡ ਆ ਇਹ ਨਵਦੀਪ ਸਿੰਘ ਹੁੰਦਲ ਕੌਂਸਲਰ ਆ ਉਹਨਾਂ ਦੀ ਵਾਰਡ ਪੈਂਦੀ ਹੈ, ਇਹ ਇੱਥੇ ਸਾਨੂੰ ਆਣ ਕੇ ਐਵੇਂ ਪਰੇਸ਼ਾਨ ਕਰਦਾ ਹੈ। ਜਿਸ ਤਰ੍ਹਾਂ ਵੀ ਕਹਿੰਦੇ ਪਏ ਆ ਕਿ ਉੱਥੇ ਚੱਲ ਜਾਣਾ, ਪੁਲ ਥੱਲੇ ਸਾਡਾ ਉੱਥੇ ਗੁਜ਼ਾਰਾ ਨਹੀਂ ਹੈਗਾ ਜੀ, ਕਿਉਂਕਿ ਉੱਥੇ ਗੱਡੀਆਂ ਵਗੈਰਾ ਲੱਗਦੀਆਂ ਸਭ ਕੁਛ, ਅਗਲਿਆਂ ਨੇ ਗੱਡੀਆਂ ਆਪਣੀਆਂ ਪਰੇ ਕਰਨੀਆਂ ਨਹੀਂ। ਅਸੀਂ ਰਾਤੀ ਅੱਡੇ ਬੰਦ ਕਰਕੇ ਚੱਲ ਵੀ ਜਾਂਦੇ ਹਾਂ ਜੀ, ਅਤੇ ਉਸ ਟਾਈਮ ਰਾਤੀ ਆ ਗੱਡੀਆਂ ਲੈ ਜਾਣੀਆਂ, ਸਵੇਰੇ 10-11 ਵਜੇ ਤੋਂ ਪਹਿਲਾਂ ਗੱਡੀਆਂ ਉੱਥੋਂ ਹਟਦੀਆਂ ਨਹੀਂ, ਅਤੇ ਅਸੀਂ ਕਿਸੇ ਤੱਕ ਕਦੋਂ ਤੱਕ ਡੀਕਦੇ ਰਹਾਂਗੇ ਜਾਂ ਕਿਸੇ ਕਿਸੇ ਨਾਲ ਲੜਦੇ ਰਹਾਂਗੇ। ਆਹ ਜਿਹੜੀ ਤੁਸੀਂ ਕਹਿੰਦੇ ਉੱਪਰ ਆ, ਜਿਸ ਤਰ੍ਹਾਂ ਵੇਖੋ ਤੁਸੀਂ ਤਰਪਾਲਾਂ ਨੀਵੀਆਂ ਕਰ ਲਾਂਗੇ, ਇਹ ਤਰਪਾਲਾਂ ਪਾਈਆਂ ਆ, ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਦੀ ਕਰਕੇ ਵੀ ਉਹ ਸਾਹਮਣੇ ਉਹਦੀ ਖੂਬਸੂਰਤੀ ਖਰਾਬ ਹੁੰਦੀ ਆ, ਅਤੇ ਇਹਦੇ ਬਾਰੇ ਕੀ ਤੁਹਾਡਾ ਵਿਚਾਰ? ਇੱਧਰੋਂ ਆਪਾਂ ਫਾਈਬਰ ਦੀਆਂ ਹੀਟਾਂ ਪਵਾ ਲੈਂਦੇ ਹਾਂ, ਅੱਛਾ, ਅੱਗੇ ਝਾਲਰਾਂ ਲਵਾ ਲੈਂਦੇ ਹਾਂ ਜਿਸ ਤਰ੍ਹਾਂ ਇਹ ਕਹਿੰਦੇ ਆ। ਓਕੇ, ਸਾਫ਼ ਸਫਾਈ ਲੱਗੇਗੀ, ਸੋਹਣਾ ਲੱਗੇਗਾ, ਚਲੋ ਗੁਰਦੁਆਰੇ ਸਾਹਿਬ ਜੀ ਕਰਕੇ। ਓਕੇ, ਅਤੇ ਆਪਾਂ ਸਭ ਕੁਝ ਕਰਾਉਣ ਨੂੰ ਤਿਆਰ ਆ, ਪਰ ਇੱਥੋਂ ਜਿਹੜੀ ਰੋਟੀ ਜਿੰਨਾ ਲੱਗੀ ਆ ਉਹ ਲੱਗੀ ਰਹਿਣ ਦੇਣਾ। ਸੋ ਦੁਕਾਨਦਾਰਾਂ ਦਾ ਕਹਿਣਾ ਆ ਕਿ ਤੁਸੀਂ ਵੇਖ ਰਹੇ ਸਾਹਮਣੇ ਆ ਰੋਡ ਆ, ਉਹ ਰੋਡ ਪਰੇ ਬਣੀ ਆ, ਉਹ ਕਹਿੰਦੇ ਆ ਕਿ ਬਿਲਕੁਲ ਅਸੀਂ ਸਾਈਡ 'ਤੇ ਹਾਂ, ਇਹ ਦੁਕਾਨਾਂ ਸਾਰੀਆਂ ਸਾਈਡ 'ਤੇ ਉਹ ਕਹਿੰਦੇ ਆ ਕਿ ਅਗਰ ਉਹ ਚਾਹੁੰਦੇ ਵੀ ਆ ਤਾਂ ਅਸੀਂ ਇਹ ਦੁਕਾਨਾਂ ਦੀ ਖੂਬਸੂਰਤੀ ਗੁਰਦੁਆਰਾ ਸਾਹਿਬ ਕਰਕੇ ਖੂਬਸੂਰਤੀ ਲਈ ਇੱਥੋਂ ਇਹਨਾਂ ਦੇ ਫਾਈਬਰ ਲਵਾ ਦਿਆਂਗੇ ਸਾਰੀਆਂ ਦੁਕਾਨਾਂ ਦੀ ਜਿਹੜੇ ਤੁਸੀਂ ਵੇਖ ਰਹੇ ਜੇ, ਔਰ ਜਿਸ ਤਰ੍ਹਾਂ ਵੀ ਉਹ ਕਹਿਣਗੇ ਕਰਨਗੇ, ਪਰ ਸਾਡਾ ਗਰੀਬਾਂ ਦਾ ਜੋ ਸਾਡਾ ਕਿ ਰੋਟੀ ਪਾਣੀ ਚੱਲਦਾ ਆ ਸਾਡੀ ਇਹ ਰੋਟੀ ਜਿਹੜੀ ਆ ਨਾ ਖੋਈ ਜਾਵੇ। ਸੋ ਪ੍ਰਸ਼ਾਸਨ ਉਹਨਾਂ ਨਾਲ ਵੀ ਗੱਲਬਾਤ ਕਰਕੇ ਵੇਖਦੇ ਹਾਂ, ਕਿਉਂਕਿ ਦੂਸਰੀ ਸਾਈਡ 'ਤੇ ਦੁਕਾਨਾਂ ਹੈਗੀਆਂ ਆ, ਔਰ ਕੁਝ ਦੁਕਾਨਦਾਰਾਂ ਦਾ ਕਹਿਣਾ ਆ ਕਿ ਜੇ ਜਿਹੜੀ ਮੇਨ ਮੁੱਦਾ ਲੜਾਈ ਦਾ ਆ ਉਹ ਉੱਧਰਲੀ ਸਾਈਡ ਦੀ ਦੁਕਾਨਾਂ ਦਾ ਵਾ, ਕਿਉਂਕਿ ਉੱਥੇ ਹਾਈਵੇ ਬ੍ਰਿਜ ਬਣਿਆ ਆ, ਬ੍ਰਿਜ ਬਣਿਆ ਆ, ਫਲਾਈਓਵਰ ਕਹਿੰਦੇ ਆ, ਆਹ ਦੇਖ ਰਹੇ ਤੁਸੀਂ ਸਾਹਮਣੇ ਸਾਹਮਣੇ ਬ੍ਰਿਜ ਆ, ਔਰ ਉੱਥੇ ਕਿਉਂਕਿ ਉੱਥੋਂ ਤੱਕ ਆਉਂਦਾ ਆ ਫਲਾਈਓਵਰ, ਔਰ ਉਹਦੇ ਕਰਕੇ ਹੀ ਸਾਰੀ ਇਹ ਰੁਕਾਵਟ ਪੈਂਦੀ ਆ, ਜਾਮ ਉੱਧਰ ਲੱਗਦਾ ਆ ਨਾ ਕਿ ਇੱਧਰਲੀ ਸਾਈਡ 'ਤੇ। ਸੋ ਆਪਾਂ ਉੱਧਰਲੀਆਂ ਦੁਕਾਨਾਂ ਨਾਲ ਗੱਲਬਾਤ ਕਰਕੇ ਵੇਖਦੇ ਹਾਂ। ਸੋ ਇਹ ਜੋ ਗੁਰਦੁਆਰਾ ਦੂਸਰੀ ਸਾਈਡ ਆ, ਇਹ ਇੱਧਰਲੀ ਸਾਈਡ ਜਿਹਦੇ ਬਿਲਕੁਲ ਲਾਗੇ ਉਹ ਫਲਾਈਓਵਰ ਤੁਸੀਂ ਵੇਖ ਰਹੇ ਜੇ, ਔਰ ਜਿੱਥੇ ਕਹਿੰਦੇ ਆ ਕਿ ਮੇਨ ਇੱਥੋਂ ਆਉਂਦਾ ਆ ਮੁੱਦਾ ਆ ਕਿ ਇੱਥੇ ਆ ਕੇ ਜਾਮ ਲੱਗਦਾ ਆ, ਔਰ ਦੂਸਰੀ ਸਾਈਡ ਦੇ ਦੁਕਾਨਦਾਰ ਕਹਿੰਦੇ ਕਿ ਸਾਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ। ਅੱਛਾ, ਸਤਿ ਸ਼੍ਰੀ ਅਕਾਲ ਜੀ। ਇੱਥੇ ਤੁਸੀਂ ਆ ਜੋ ਕਾਰਪੋਰੇਸ਼ਨ ਕਿਰਾਇਆ ਕਰਾਇਆ ਦਿੰਦੇ ਜਾਂ ਵੈਸੇ ਹੀ ਆ? ਨਹੀਂ, ਕਾਰਪੋਰੇਸ਼ਨ ਕਿਰਾਇਆ ਨਹੀਂ ਦਿੰਦੇ ਜੀ। ਅੱਛਾ, ਅਤੇ ਬਹੁਤ ਲੋਕ ਕਹਿ ਰਹੇ ਵੀ ਇੱਥੇ ਟ੍ਰੈਫਿਕ ਰੁਕ ਜਾਂਦੀ ਆ, ਜਾਮ ਲੱਗਦਾ ਇੱਥੇ? ਹਾਂਜੀ, ਲੱਗ ਜਾਂਦਾ, ਜਾਮ ਲੱਗ ਜਾਂਦਾ। ਜਾਮ ਲੱਗ ਜਾਂਦਾ? ਹਾਂ, ਲੱਗ ਜਾਂਦਾ। ਉਹਦਾ ਫਿਰ ਕੀ ਹਾਲ? ਉਹ ਤਾਂ ਕਹਿੰਦੇ ਵੀ ਇੱਥੇ ਨਾ ਦੁਕਾਨਾਂ ਪਾਓ। ਆਹ, ਉਹਨਾਂ ਨੂੰ ਕਿਹਾ ਹੈਗਾ ਵਾ, ਅਗਲੇ ਬੰਨੇ ਕਿਹਾ ਵਾ ਅਸੀਂ ਸਾਡੀ ਤਾਂ ਦੁਕਾਨ ਆ, ਅਸੀਂ ਤਾਂ ਪਿੱਛੇ ਹੋਰ ਕਾਹਲਾ ਵਾਲੀ ਦੁਕਾਨ ਮਗਰ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਦੋਂ ਦੀ ਦੁਕਾਨ ਕਰ ਰਹੇ ਇੱਥੇ? ਹੋ ਗਏ 30-32 ਸਾਲ ਹੋ ਗਏ ਕੰਮ ਕਰਦੇ। 30 ਸਾਲ ਹੋ ਗਏ ਆ। ਹਾਂਜੀ, ਜਦੋਂ ਦੀ ਆ ਸਾਰਾ ਹੀ ਆਪਣੀ 4 ਲੇਨ ਬਣੀ ਆ,
ਇਹ ਉਦੋਂ ਦਾ ਇਹ ਜਾਮ ਜੂਮ ਲੱਗਦਾ ਕਿ ਜਾਂ ਨਹੀਂ ਜਾਮ ਤਾਂ ਲੱਗਦਾ ਨਹੀਂ, ਫਾਟਕ ਬੰਦ ਹੋ ਗਿਆ, ਜਾਮ ਦਾ ਕਾਰਨ ਹੀ ਕੋਈ ਨਹੀਂ ਹੈਗਾ ਜੀ। ਅੱਛਾ ਹੁਣ ਨਹੀਂ ਲੱਗਦਾ ਜਾਮ, ਫਾਟਕ ਹੀ ਬੰਦ ਹੋ ਗਿਆ, ਜਾਮ ਦਾ ਕੀ ਕਾਰਨ, ਕੋਈ ਕਾਰਨ ਨਹੀਂ ਹੈਗਾ ਜਾਮ ਦਾ। ਅੱਛਾ ਕੋਈ ਜਾਮ ਨਹੀਂ ਹੁਣ ਲੱਗਦਾ? ਨਾ ਹੁਣ ਕੋਈ ਜਾਮ ਨਹੀਂ। ਤੁਸੀਂ ਇੱਥੇ ਬੈਠੇ ਜੇ ਤੁਹਾਡੇ ਕੋਲ ਕੋਈ ਕਿਰਾਇਆ ਕੁਰਾ ਲੈਂਦਾ ਹੋਵੇ ਜਾਂ ਪੈਸਾ? ਨਾ ਕਿਰਾਇਆ ਕੋਈ ਨਹੀਂ ਲੈਂਦਾ ਜੀ। ਤੁਹਾਡੇ ਕੋਲ ਕੋਈ ਕਿਰਾਇਆ ਨਹੀਂ ਲੈਂਦਾ? ਕੋਈ ਇਹੋ ਜਿਹੀ ਕੋਈ ਧੱਕੇਸ਼ਾਹੀ ਤਾਂ ਨਹੀਂ ਕੋਈ ਕਰਦਾ? ਨਹੀਂ ਹੁਣ ਅੱਡੇ 'ਚ ਕਾਉਂ ਡੇ ਧੱਕੇਸ਼ਾਹੀ ਹੋ ਗਈ ਹੈ। ਖੁੱਲ੍ਹ ਕੇ ਗੱਲ ਕਰੋ। ਨਹੀਂ ਅੱਡੇ 'ਚ ਕਾਉਣ ਡੇ ਨਾਲ ਵਾਟਰ ਪਾਲਦੇ ਗੁਰਦੁਆਰਾ ਵਾਲੇ ਰਲ ਕੇ ਵੀ ਇੱਥੇ ਫੁੱਲ ਬੂਟੇ ਲਾਉਣੇ ਆ ਤਾਂ ਕਰਕੇ ਅੱਡੇ 'ਚ ਕਾਈ ਜਾਂਦੇ। ਜੋ ਦੁਕਾਨਾਂ ਕੱਢ ਕੇ ਦੁਕਾਨਾਂ ਕਹਿੰਦੇ ਕੱਢਣੀਆਂ ਨਹੀਂ ਅਸੀਂ, ਦੁਕਾਨਾਂ ਨਹੀਂ ਕੱਢਣੀਆਂ ਆ ਤੇ ਕਹਿੰਦੇ ਫੁੱਲ ਬੂਟੇ ਲਾਉਣੇ ਆ ਤਾਂ ਕਰਕੇ ਜਗ੍ਹਾ ਵਿਹਲੀ ਕਰਕੇ ਦੁਕਾਨਾਂ ਕੱਢਣਗੇ। ਤੁਸੀਂ ਦੁਕਾਨਾਂ ਲੈਣ ਨੂੰ ਤਿਆਰ ਜੇ? ਦੁਕਾਨਾਂ ਲੈਣ ਨੂੰ ਤਿਆਰ ਜੀ। ਤੁਸੀਂ ਦੁਕਾਨਾਂ ਲੈਣ ਨੂੰ ਤਿਆਰ? ਹਾਂਜੀ ਦੁਕਾਨਾਂ ਲੈਣ ਨੂੰ ਤਿਆਰ ਹਾਂ। ਠੀਕ ਹੈ, ਤੁਸੀਂ ਮਤਲਬ ਕੋਆਪਰੇਟ ਕਰਦੇ ਜੇ ਕਿ ਜੇ ਤੁਸੀਂ ਦੁਕਾਨਾਂ ਕੱਢੋਗੇ ਅਸੀਂ ਦੁਕਾਨਾਂ ਲੈ ਲਾਂਗੇ, ਜੋ ਵੀ ਮੁਆਵਜ਼ਾ ਰੱਖਣ ਕਿਰਾਇਆ ਕਿਰਾਇਆ ਦੇਣਗੇ ਲੈ ਲਾਂਗੇ ਉਹ। ਓਕੇ ਧੰਨਵਾਦ। ਹਾਲੇ ਕਾ ਕੁਛ ਵੇਖੋ, ਤੁਸੀਂ ਵੇਖ ਰਹੇ ਜੇ ਕਿ ਕਾਫੀ ਵਿੱਚੋਂ ਇਹਨਾਂ ਨੂੰ ਉਠਾਇਆ ਗਿਆ ਸੀ ਵੀ ਇੱਥੇ ਰੋਜ਼ ਜਾਮ ਨਾ ਲੱਗੇ। ਆ ਵੇਖੋ ਤੁਸੀਂ ਵੇਖ ਰਹੇ ਰਸਤਾ ਆੜਾ, ਇਹ ਰਸਤੇ ਕਰਕੇ ਕਾਫੀ ਇਹਨਾਂ ਨੂੰ ਉਠਾਇਆ ਗਿਆ ਆ, ਕਾਫੀ ਲੋਕ ਬੰਦ ਕਰਵਾਏ ਸੀ ਵੀ ਇੱਥੇ ਹੀ ਜਾਮ ਲੱਗਦਾ ਆ, ਜਿੱਥੇ ਆ ਸਾਹਮਣੇ ਆ ਇੱਥੇ ਹੀ ਜਾਮ ਲੱਗ ਜਾਂਦਾ ਆ, ਔਰ ਇਸ ਕਰਕੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੁਣ ਇੱਕ ਮਿੰਟ ਇਹ ਦੱਸੋ ਕਦੋਂ ਦੀ ਇੱਥੇ ਦੁਕਾਨ ਕਰਦੇ ਜੇ? ਅਸੀਂ ਭਾਈ 30-32 ਸਾਲ ਤੋਂ ਕੰਮ ਕਰਦੇ ਹਾਂ। ਅਸੀਂ 30-32 ਸਾਲ ਤੋਂ ਕੰਮ ਕਰ ਰਹੇ ਜੇ ਤੇ ਇੱਥੇ ਆਪਣਾ ਕੋਈ ਜਾਮ ਜੂਮ ਨਹੀਂ ਲੱਗਦਾ ਹੁਣ? ਨਹੀਂ ਜਾਮ ਕੋਈ ਲੱਗਦਾ, ਕੋਈ ਦਿੱਕਤ ਨਹੀਂ ਆਉਂਦੀ, ਜਾਣ ਕੇ ਨੂੰ ਤੰਗ ਕਰਨ ਦੇ ਆ। ਉਧਰਲੇ ਬੰਦੇ ਕਹਿੰਦੇ ਵੀ ਜਾਮ ਲੱਗਦਾ ਤੇ ਇਸ ਸਾਈਡ ਤੇ ਲੱਗਦਾ ਆ, ਜਾਣ ਕੇ ਇਹਨਾਂ ਠੋਣ ਦਾ ਕੋਈ ਬਹਾਨਾ ਚਾਹੀਦਾ ਏ। ਕਿਹਨਾਂ ਨੂੰ? ਪਿੰਡ ਵਾਲਿਆਂ ਨੂੰ ਜਾਂ ਮਾਸਟਰ ਪਾਲ ਹੋ ਗਿਆ, ਕੌਂਸਲਰ, ਇਹ ਸਾਨੂੰ ਤੰਗ ਕਰਨ ਦੇ ਸਾਰੇ ਸਬਜ਼ੀ ਵਾਲਿਆਂ ਨੂੰ। ਅੱਛਾ, ਇਹ ਤੁਹਾਨੂੰ? ਹਾਂਜੀ, ਇਹ ਨਾ ਵੋਟਾਂ ਲੈ ਕੇ ਜਿੱਤ ਗਿਆ ਵਾ, ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਜਿਤਾਇਆ, ਅਤੇ ਜਦੋਂ ਕਹਿੰਦਾ ਸਾਡੇ 'ਤੇ ਸਹਾਣ ਕੀਤਾ ਵਾ ਵੀ ਗਾਂਹ ਜੋ ਵੋਟਾਂ ਹੋ ਗਈਆਂ ਫਿਰ ਵੀ ਵਿਖਾਵਾਂਗੇ ਤੈਨੂੰ ਸਹਾਣ ਕਿਹੜੀ ਚੀਜ਼ ਹੁੰਦੀ ਆ। ਯਾਨੀ ਕਿ ਉਹ ਧੱਕੇ ਨਾਲ ਤੁਹਾਨੂੰ ਉਠਾ ਰਹੇ ਆ, ਉਸ ਤਰ੍ਹਾਂ ਤੁਹਾਡੇ ਕੋਈ ਪੈਸਾ ਪੂਸਾ ਨਹੀਂ ਲੈਂਦਾ? ਨਹੀਂ ਨਹੀਂ, ਕੋਈ ਪੈਸਾ ਨਹੀਂ ਲੈਂਦਾ, ਇਹ ਜਾਣ ਕੇ ਤੰਗ ਕਰਦੇ ਆ। ਨਹੀਂ, ਹੋਰ ਕੁਛ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਹੋਵੇ? ਇਹੋ ਕਹਿੰਦੇ ਆ ਵੀ ਅਸੀਂ ਸਾਡੀ ਦੁਕਾਨਾਂ ਇੱਥੇ ਲੱਗੇ ਰਹਿਣਾ ਭੈਣ, ਜਾਣ ਕੇ ਤੰਗ ਕਰਨ ਦੀ ਆ, ਕਹਿੰਦੇ ਸਾਨੂੰ ਪੁਲਿਸ ਵਾਲੇ ਲਾਏ ਨਾ ਉੱਥੇ ਖਿਲਾ ਦੇਣੇ ਤੁਹਾਡੀ ਦੁਕਾਨਾਂ। ਠੀਕ ਹੈ, ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ? ਅਸੀਂ ਵੀ ਇਹ ਆਖੇ ਵੀ ਸਾਨੂੰ ਇੱਥੇ ਬੈਠੇ ਰਹਿਣ ਦਿਓ, ਅਸੀਂ ਇੱਥੋਂ ਗੁਜ਼ਾਰਾ ਕਰਦੇ ਹਾਂ, ਇਸ ਕਰਕੇ ਹੋਰ ਕੋਈ ਕੁਝ ਨਹੀਂ ਕਹਿਣਾ ਚਾਹੁੰਦਾ। ਧੰਨਵਾਦ ਜੀ। ਅੱਛਾ ਜੀ, ਧੰਨਵਾਦ। ਹਾਂਜੀ, ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਹੋਰ ਵੀ ਤਾਂ ਸਾਰੇ ਗੁਰਦੁਆਰਾ ਲੱਗੇ ਬੈਠੀਏ ਅਤੇ ਸਾਨੂੰ ਵੀ ਬਹਿਣ ਦੇਣ, ਅਸੀਂ ਬੜੇ ਚਿਰ ਤੋਂ ਬਹਿ ਰਹੇ ਹਾਂ ਅਤੇ ਸਾਨੂੰ ਹੁਣ ਹਰਪਾਲ ਜੀ ਉਹਦਾ ਕੌਂਸਲਰ ਬਣਿਆ ਨਾ, ਉਹਨਾਂ ਸਾਨੂੰ ਕਹਿਣ ਤੁਹਾਡੀ ਸਬਜ਼ੀ ਚੁਕਾ ਦੇਣੀ, ਨਾਲ ਜ਼ਿਮੀਦਾਰਾਂ ਜੱਟਾਂ ਨੂੰ ਵੀ ਨਾਲ ਲੈ ਲਿਆ ਵਾ, ਉਹਨਾਂ ਦੀ ਟਰਾਲੀ ਵੀ ਲੰਘ ਜਾਂਦੀ ਹੈ ਅਤੇ ਤਾਂ ਵੀ ਉਹ ਕਹਿੰਦੇ ਆ ਸਾਨੂੰ ਪਰੇਸ਼ਾਨੀ ਹੈ, ਇਹਨਾਂ ਨੂੰ ਚੁਕਾ ਦਿਓ ਅਤੇ ਅਸੀਂ ਇੰਨੇ ਚਿਰ ਦੇ ਬੈਠੇ ਹਾਂ 30-32 ਸਾਲ ਤੋਂ ਅਤੇ ਇੰਨੇ ਚਿਰ ਦਾ ਇੰਨੇ ਕੌਂਸਲਰ ਲਾਏ ਆ ਅਤੇ ਇੰਨੀ ਸਰਕਾਰ ਆਈ, ਇੰਨੇ ਹੋਰ ਵੀ ਬਣੇ ਆ ਪ੍ਰਧਾਨ ਮੰਤਰੀ, ਕਿਸੇ ਨੇ ਨਹੀਂ ਸਾਨੂੰ ਅੱਜ ਤੱਕ ਉਠਾ ਲਿਆ ਵੀ ਤੁਸੀਂ ਉੱਠ ਪਵੋ, ਅਸੀਂ ਇੱਥੋਂ ਹੀ ਬੱਚੇ ਪਾਲਣ ਡੇ ਹਾਂ, ਇੱਥੋਂ ਸਭ ਕੁਝ ਕਰਨ ਡੇ ਹਾਂ, ਸਾਡੇ ਬੱਚੇ ਫੈਕਟਰੀ 'ਚ ਇੱਕ ਲੱਗਾ ਵਾ ਅਤੇ ਇੱਕ ਦੁਕਾਨ ਕਰਦਾ ਵਾ ਅਤੇ ਉਹ ਘਰ ਕੁਛ ਵੀ ਨਹੀਂ, ਗੁਜ਼ਾਰਾ ਇੱਥੋਂ ਚੱਲਣ ਡਿਆ ਸਾਡਾ। ਤੁਹਾਨੂੰ ਹੋਰ ਕੋਈ ਕਿਰਾਏ ਦੀ ਪਰੇਸ਼ਾਨੀ ਤਾਂ ਕੋਈ ਕਿਸੇ ਪੈਸਾ ਤਾਂ ਨਹੀਂ ਕੋਈ ਮੰਗਿਆ ਕਦੀ? ਕੋਈ ਪਿਆ ਨਹੀਂ ਮੰਗਦਾ, ਨਾ ਗੁਰਦੁਆਰੇ ਵਾਲੇ, ਨਾ ਕਾਰਪੋਰੇਸ਼ਨ ਵਾਲੇ, ਕੋਈ ਪਿਆ ਨਹੀਂ ਮੰਗਦਾ। ਸਾਡੀ ਉਹਨਾਂ ਕੋਲ ਇਹ ਵੀ ਬੇਨਤੀ ਆ ਵੀ ਸਾਨੂੰ ਇੱਥੇ ਬਿਠਾ ਦਿੱਤਾ ਜਾਵੇ, ਸਾਨੂੰ ਤੰਗ ਨਾ ਕੋਈ ਕਰੇ, ਜ਼ਿਆਦਾ ਸਾਨੂੰ ਕੌਂਸਲ ਹਰਪਾਲ ਹੀ ਤੰਗ ਕਰਨ ਡਿਆ ਵਾ। ਇੱਥੇ ਟ੍ਰੈਫਿਕ ਜਾਮ ਨਹੀਂ ਹੁੰਦੀ? ਨਹੀਂ ਹੁੰਦੀ, ਅਸੀਂ ਪਿੱਛੇ ਹੋ ਗਏ ਹਾਂ, ਅਸੀਂ ਕੰਧ ਦੇ ਨਾਲ ਹੋ ਗਏ ਹਾਂ, ਪੂਰੇ ਕੰਧ ਨਾਲ ਹੋ ਗਏ ਹਾਂ, ਅਸੀਂ ਜਗ੍ਹਾ ਤੋਂ ਇੱਕ ਟਰਾਲੀ ਦੇ ਹੋਰ ਛੱਡ ਦਿੱਤੀ ਕਿ ਨਹੀਂ, ਕਿੰਨੀ ਦੋ ਦੋ ਟੋਕਰੀਆਂ ਚੁੱਕ ਲਈਆਂ ਆਪਾਂ। ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ, ਸਾਡੀ ਬੇਨਤੀ ਤੁਹਾਡੇ ਅੱਗੇ ਹੱਥ ਜੋੜ ਕੇ ਵੀ ਸਾਨੂੰ ਇੱਥੇ ਹੀ ਰਹਿਣ ਦੇ ਨਾ, ਅਸੀਂ ਪੁਲਿਸ ਵਾਲੇ ਕੋਈ ਜਗ੍ਹਾ ਨਹੀਂ ਹੈਗੀ, ਨਾ ਉੱਥੇ ਗਾਹਕ ਹੋਣਾ, ਇੱਥੇ ਆਪਣਾ ਅੱਡਾ ਬਣਿਆ ਸਬਜ਼ੀ ਦਾ, ਸਾਰੇ ਇੱਥੇ ਲਿਆਉਣ ਹੁੰਦੇ ਆ। ਸੋ ਇਸ ਜੋ ਦੁਕਾਨਾਂ ਦੇ ਮਸਲੇ 'ਤੇ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਲੈ ਗਏ, ਔਰ ਕੁਛ ਲੋਕਾਂ ਨੇ ਇਹ ਦੁਕਾਨਦਾਰਾਂ ਦੇ ਹੱਕ 'ਚ, ਕੁਛ ਲੋਕ ਦੁਕਾਨਦਾਰਾਂ ਦੇ ਮਤਲਬ ਉਲਟ ਵੀ ਗਏ ਆ, ਕਈਆਂ ਨੇ ਆਖਿਆ ਕਿ ਇੱਥੋਂ ਚੁੱਕੀਆਂ ਨਹੀਂ ਜਾਂਦੀਆਂ ਅਤੇ ਕਈਆਂ ਨੇ ਆਖਿਆ ਇਹਨਾਂ ਦਾ ਰੋਟੀ ਦਾ ਮਸਲਾ ਹੈ ਕਿ ਇਹ ਰੋਟੀ ਦਾ ਮਸਲਾ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਆ, ਔਰ ਇਹਨਾਂ ਦੇ ਅਖੀਰ ਦੇ ਵਿੱਚ ਕਈਆਂ ਨੇ ਤਾਂ ਇਹ ਆਖਿਆ ਕਿ ਸਾਡੇ ਨਾਲ ਜਾਣ ਬੁੱਝ ਕੇ ਕੀਤਾ ਜਾ ਰਿਹਾ ਆ, ਜਦੋਂ ਕਿ ਕਈ ਸਾਲਾਂ ਤੋਂ ਇੱਥੇ ਦੁਕਾਨਾਂ ਚੱਲਦੀਆਂ ਹੋ ਰਹੀਆਂ ਆ, ਔਰ ਕਈਆਂ ਨੇ ਇਹ ਕਿਹਾ ਆ ਕਿ ਜੇ ਪਰਲੀ ਸਾਈਡ ਜਿੱਥੇ ਕਿ ਫਲਾਈ ਓਵਰ ਹੈਗਾ ਉੱਥੇ ਜੇ ਟ੍ਰੈਫਿਕ ਜਾਮ ਵੀ ਹੁੰਦੀ ਆ ਅਤੇ ਉੱਥੋਂ ਜ਼ਰੂਰੀ ਪ੍ਰਬੰਧ ਹੋਣਾ ਚਾਹੀਦਾ ਆ, ਇਹ ਸਾਰਾ ਰਲਿਆ ਮਿਲਿਆ ਜੋ ਵਿਊ ਸੀ ਪਬਲਿਕ ਦਾ। ਸੋ ਪ੍ਰਸ਼ਾਸਨ ਨੂੰ ਅਸੀਂ ਜੋ ਕਹਿਣਾ, ਮੇਰੇ ਨਾਲੇ ਸਾਰੇ ਦੁਕਾਨਦਾਰ ਵੀ ਖੜ੍ਹੇ ਨੇ, ਸੋ ਪ੍ਰਸ਼ਾਸਨ ਨੂੰ ਵੀਰੇ ਤੁਸੀਂ ਕੀ ਖੀਰ 'ਚ ਕਹਿਣਾ ਚਾਹੋਗੇ? ਭਾਅ ਜੀ, ਅਸੀਂ ਤੋਂ ਸਾਡਾ 90 'ਚ ਬੈਠੇ ਆ,
ਕੋਈ ਪਰੇਸ਼ਾਨੀ ਨਹੀਂ ਆਈ ਕਿਸੀ ਕੋ ਵੀ। ਤੋ ਮੈਂ ਅਬ ਜੋ ਪ੍ਰਸ਼ਾਸਨ ਇਹਨਾਂ ਨੇ ਮੁੱਦਾ ਉਠਾਇਆ ਹੈ ਤੋ ਹਮ ਲੋਕੋ ਕੋ ਉਠਾਨੇ ਕਾ ਉਠਾਇਆ ਹੈ, ਨਾ ਤੋ ਰਾਸ਼ਨ ਮਿਲਤਾ ਹੈ, ਨਾ ਤੋ ਕੋਈ ਸਹੂਲੀਅਤ ਮਿਲ ਰਹੀ ਹੈ ਜੀ। ਬੱਚੇ ਬੱਚੋ ਕੇ ਪੀਛੇ ਪਰਿਵਾਰ ਕਿੰਨਾ ਹੈ, ਇੱਕ ਆਦਮੀ ਕੇ ਪੀਛੇ 50 ਬੰਦੇ ਹੈ, ਉਹ ਸਾਰੇ ਜੇ ਜੋ ਰਾਸ਼ਨ ਕੀ ਬਾਤ ਕਰ ਰਹੇ ਹੋ, ਜੇ ਕਿਸ ਪੇ ਆਪ ਦੋਸ਼ ਦੇ ਰਹੇ ਹੋ? ਹਾਂਜੀ, ਸਾਡੀ ਬੇਨਤੀ ਇਹੋ ਹੀ ਹੈ ਕਿ ਜਿਤਨਾ ਸਰਕਾਰ ਨੇ ਸਾਨੂੰ ਕਿਹਾ ਇਹ ਘਰ ਘਰ ਨੌਕਰੀ ਜੀ, ਤੁਹਾਨੂੰ ਰੁਜ਼ਗਾਰ ਦੇਵਾਂਗੇ, ਤੁਹਾਨੂੰ ਉਹ ਕਰਾਂਗੇ ਜੇ ਕਰਾਂਗੇ, ਹੁਣ ਅਖੀਰ ਦੀ ਬਾਕੀ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਜਿਹੜੀ ਆ ਰੋਟੀ ਮਾੜੀ ਮੋਟੀ ਖਾਂਦੇ ਹੋ, ਤੁਸੀਂ ਇਹ ਵੀ ਛੱਡ ਕੇ ਇੱਥੋਂ ਚਲੇ ਜਾਓ ਜੀ। ਦੱਸੋ ਅਸੀਂ ਕਿੱਥੇ ਜਾਈਏ? ਮੇਰੇ ਬੱਚੇ ਨੇ ਪਲੱਸ ਟੂ ਕੀਤੀ ਆ ਜੀ, ਉਹ ਇਸ ਟਾਈਮ ਬੇਰੁਜ਼ਗਾਰ ਆ, ਅਸੀਂ ਨਾ ਰੋਟੀ ਦੇਵਾਂਗੇ, ਕਿੱਥੋਂ ਦਊਗੇ ਸਰਕਾਰ ਕੋਲ? ਸਾਡਾ ਸੋਚਦੀ ਹੈ ਜੇ ਸਰਕਾਰ। ਅਸੀਂ ਵੀਰ ਜੀ ਉਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਵੇਖੋ, ਅਸੀਂ ਇੱਥੇ ਜੇ ਕੋਈ 2-4 ਸਾਲ ਤੋਂ ਬੈਠਾ ਆ, ਕੋਈ 10 ਸਾਲ ਤੋਂ ਬੈਠਾ, ਕੋਈ 25 ਸਾਲ ਤੋਂ ਬੈਠਾ ਆ ਜੀ, ਔਰ ਬੈਠੇ ਰਹਿਣ ਦੇਣਾ ਚਾਹੀਦਾ ਆ ਜੀ। ਦੂਸਰਾ ਨੰਬਰ ਆ ਕਿ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਕਿ ਕੋਈ ਬੰਦੇ ਕੋਲ ਪੈਸੇ ਨਹੀਂ ਆਇਆ ਕਿ ਜਿਹੜਾ ਆਪਣੇ ਘਰੋਂ ਪੈਸੇ ਕੱਢ ਕੇ ਲਾ ਕੇ ਦੁਕਾਨ ਆਪਣੀ ਚਲਾ ਸਕੇ। ਹਰ ਇੱਕ ਬੰਦਾ ਜਿਹੜਾ ਵੀ ਕੋਈ ਰੇਹੜੀ ਵਾਲਾ ਫੜੀ ਵਾਲਾ ਨਾ, ਕੋਈ 2-2-4-4 ਲੱਖ ਰੁਪਏ ਦਾ ਹਰ ਥਾਂ 'ਤੇ ਕਰਜਾਈ ਜੇ, ਬਿਨਾਂ ਸ਼ੱਕ ਸਾਡੀਆਂ ਪ੍ਰਸ਼ਾਸਨ ਨੇ ਵੀ ਵੇਖਣੇ ਜਾਵੇ ਤਾਂ ਕਾਪੀਆਂ ਵੇਖ ਸਕਦਾ ਆਣ ਕੇ ਕਿ ਕਿੰਨੇ ਕਿੰਨੇ ਲੱਖ ਰੁਪਏ ਦੇ ਕਰਜਾਈ ਆ। ਨਿੱਕੇ ਨਿੱਕੇ ਸਾਡੇ ਬੱਚੇ ਆ, ਅਸੀਂ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਬੈਠੇ ਹਾਂ, ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਆਸਰਾ ਆ, ਜੇ ਅਸੀਂ ਪੁਲ ਥੱਲੇ ਚਲੇ ਜਾਂਦੇ ਸਾਨੂੰ ਉੱਥੇ ਕੋਈ ਆਸਰਾ ਨਹੀਂ ਹੈਗਾ, ਸਾਡਾ ਨਾ ਕੋਈ ਬੱਤੀ ਪਾਣੀ ਨਾ ਕਿਸੇ ਦੀ ਸਾਨੂੰ ਸਹੂਲਤ ਹੈਗੀ ਆ, ਕੱਲ੍ਹ ਨੂੰ ਉੱਥੋਂ ਸਾਨੂੰ ਵੀ ਛਿੱਤਰ ਮਾਰ ਕੇ ਜਦੋਂ ਮਰਜ਼ੀ ਭਜਾ ਸਕਦੇ ਹਾਂ, ਸਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ 'ਤੇ ਬੈਠੇ ਤਾਂ ਇੱਥੇ ਹੀ। ਵੀਰ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਉਹ ਕਹਿੰਦੇ ਆ ਵੀ ਤੁਸੀਂ ਆ ਆਵਾਸ ਲਾ ਦਿਓ ਜਾਂ ਜੋ ਵੀ ਆ ਨੀਵਾਂ ਕਰ ਲਓ, ਇਹਨੂੰ ਡੈਕੋਰੇਸ਼ਨ ਕਰਕੇ ਅਸੀਂ ਨੀਵੇਂ ਕਰ ਸਕਦੇ ਹਾਂ, ਅਸੀਂ ਤਾਂ ਖਲੇਰਾਂ ਪਾਉਂਦੇ ਨਹੀਂ, ਸਵੇਰੇ ਦੁਕਾਨ ਲਾਈ ਦੀ ਆ ਅਤੇ ਸ਼ਾਮ ਕੇ ਸ਼ਾਮ ਨੂੰ ਘਰ 'ਚ ਲਿਆਈਦਾ, ਬਿਲਕੁਲ ਸਫਾਈ ਹੋ ਜਾਂਦੀ ਹੈ। ਸੋ ਅਖੀਰ ਦੇ ਵਿੱਚ ਇਹੀ ਕਹਿ ਰਿਹਾ ਕਿ ਜੋ ਵਿਚਾਰ ਲੋਕਾਂ ਦੇ ਹੋਏ ਆ ਕਿ ਉਹ ਕਹਿੰਦੇ ਨੇ ਕਿ ਇਹ ਧਾਰਮਿਕ ਸਥਾਨ ਹੈ ਜਿੱਥੋਂ ਹਰ ਰੋਜ਼ ਇਤਿਹਾਸਿਕ ਸਥਾਨ ਆ, ਇੱਥੇ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਆ, ਹਜ਼ਾਰਾਂ ਲੋਕ ਗੁਰੂ ਘਰੋਂ ਲੰਗਰ ਛੱਕ ਕੇ ਜਾਂਦੇ ਆ, ਸੋ ਅਸੀਂ ਵੀ ਗੁਰੂ ਘਰ ਦੇ ਵਿਰੋਧੀ ਨਹੀਂ ਗੇ, ਅਸੀਂ ਵੀ ਗੁਰੂ ਘਰ ਇਸੇ ਤੋਂ ਹੀ ਰੋਟੀ ਖਾਂਦੇ ਹਾਂ, ਔਰ ਗੁਰੂ ਘਰ ਦੀ ਕੰਧ ਨਾਲ ਲਾ ਕੇ ਸਾਡੇ ਹੀ ਪਰਿਵਾਰਾਂ ਨੂੰ ਰੋਟੀ ਮਿਲ ਰਹੀ ਆ। ਸੋ ਇਹਨਾਂ ਸਾਰਿਆਂ ਦਾ ਕਹਿਣ ਦਾ ਕਿ ਪ੍ਰਸ਼ਾਸਨ ਸਾਡੇ ਵਾਸਤੇ ਕੋਈ ਵਧੀਆ ਕੰਮ ਕਰੇ ਜਿਹਦੇ ਨਾਲ ਸਾਡੇ ਗਰੀਬਾਂ ਦੀ ਰੋਟੀ ਨਾ ਜਾਵੇ, ਔਰ ਜੇ ਉਹ ਕਹਿਣਗੇ ਤਾਂ ਅਸੀਂ ਦੁਕਾਨਾਂ ਸੋਹਣੀਆਂ ਖੂਬਸੂਰਤੀ ਵਧਾ ਦੇਵਾਂਗੇ, ਔਰ ਇਹ ਜੋ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਘੱਟਦੀ ਹੈ ਤਾਂ ਅਸੀਂ ਉਹ ਖੂਬਸੂਰਤੀ ਵਾਸਤੇ ਉੱਥੇ ਉੱਪਰ ਫਾਈਬਰ ਪਾ ਦੇਵਾਂਗੇ, ਵਧੀਆ ਉਹਦੀ ਖੂਬਸੂਰਤੀ ਬਣਾ ਦੇਵਾਂਗੇ। ਸੋ ਪ੍ਰਸ਼ਾਸਨ ਨੂੰ ਔਰ ਇੱਥੋਂ ਦੇ ਜੋ ਕੌਂਸਲਰ ਨੇ ਉਹਨਾਂ ਤੋਂ ਉਹ ਇੱਕ ਚੰਗੀ ਆਸ ਰੱਖਦੇ ਹੋਏ ਇਹਨੀ ਆਸ ਕਰਦੇ ਨੇ। ਕੈਮਰਾਮੈਨ ਹਰਿੰਦਰ ਵੀਰਕਾ ਦੇ ਨਾਲ ਮੈਂ ਵਜ਼ੀਰ ਮੁਦਲ, ਆਵਾਜ਼ੇ ਕੌਮ ਟੀਵੀ, ਵੀਰਕਾ, ਸ੍ਰੀ ਨਾਨਕਸਰ।